अंब फलां दा राजा मन्या जांदा है। बच्चों तो लैके बजुर्गों तक हर उम्र के लोगों की पसंद है अंब। बठिंडा के वसनीक एक व्यक्ति नूं अंबां नाल इन्ना मोह हो गया कि वह कई वरियां तो अंबां दे पौधे वंड रहा है। उन्हां वल्लों वध तो वध अंब लगाउण लई एक ग्रुप भी बनाया गया है जिस विच मालवे के कई जिलों के लोग शामिल हैं। किते वजों वह अंग्रेजी के प्रोफेसर सी पर लोग हुण उन्हां नूं मैंगो मैन वजों जानते हैं। वह मैंगो मैन किवें बने, किवें उन्होंने मैंगो के जिहड़े पौधे हैगे आ अंबां दे वह बनने शुरू किए, सच कहूं नाल गलबात करदिआं उन्होंने खुद दसी है यह सारी कहानी। तुसीं भी देखो उन्हां नाल कीती गई यह खास गलबात। ਛੱਡ ਕੇ ਦੇਸ਼ ਦੁਆਬਾ ਅੰਬੀਆਂ ਨੂੰ ਤਰਸੇਂਗੀ, ਇਹ ਤੁਸੀਂ ਪੰਜਾਬੀ ਦੀਆਂ ਸਤਰਾਂ ਆਮ ਤੌਰ 'ਤੇ ਸੁਣੀਆਂ ਹੋਣਗੀਆਂ, ਪਰ ਹੁਣ ਦੁਆਬੇ ਦੇ ਨਾਲ ਨਾਲ ਮਾਲਵੇ ਦੇ ਵਿੱਚ ਅੰਬਾਂ ਦੀ ਸਰਦਾਰੀ ਕਾਇਮ ਕਰਨ ਦੇ ਲਈ ਇੱਕ ਸ਼ਖਸ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ। ਉਹਨਾਂ ਨੇ ਇੱਕ ਕਲੱਬ ਬਣਾਇਆ ਬਠਿੰਡਾ ਦੇ, ਉਹ ਰਹਿਣ ਵਾਲੇ ਨੇ। ਕਲੱਬ ਦੇ ਵਿੱਚ ਹੋਰ ਵੀ ਜ਼ਿਲ੍ਹਿਆਂ ਦੇ ਮਾਲਵੇ ਦੇ ਜਿਹੜੇ ਉਹਨਾਂ ਨਾਲ ਸ਼ਖਸ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੰਬਾਂ ਦੀ ਸਰਦਾਰੀ ਕਾਇਮ ਕਰਨ ਦੇ ਲਈ ਉਹ ਕਿੰਨੇ ਸਾਲ ਤੋਂ ਲੱਗੇ ਹੋਏ ਹੈ ਅਤੇ ਕਿੰਨੇ ਕੁ ਅੰਬ ਨੇ ਜਿਹੜੇ ਉਹ ਮਾਲਵਾ ਇਲਾਕੇ ਦੇ ਵਿੱਚ ਲਾਏ ਨੇ। ਸਾਡੇ ਨਾਲ ਨੇ ਮੌਜੂਦ ਭੁਪਿੰਦਰ ਸਿੰਘ ਜੀ, ਜਿਨ੍ਹਾਂ ਨੂੰ ਆਮ ਤੌਰ 'ਤੇ ਬਠਿੰਡਾ ਦੇ ਮੈਂਗੋ ਮੈਨ ਕਹਿੰਦਾ। ਸਰ ਸਵਾਗਤ ਹੈ ਤੁਹਾਡਾ ਸਚਕੌਂ ਤੇ। ਸਰ ਸਭ ਤੋਂ ਪਹਿਲਾਂ ਤਾਂ ਇਸ ਬਾਰੇ ਦੱਸੋ ਵੀ ਕਿੱਥੋਂ ਇਹ ਸ਼ੌਂਕ ਜਾਗ ਗਿਆ ਵੀ ਆਪਾਂ ਅੰਬ ਹੀ ਲਾਉਣੇ ਹੈਗੇ ਅਤੇ ਬਹੁਤ ਸਾਰੇ ਅੰਬ ਤੁਸੀਂ ਲਾਉਂਦੇ ਹੋ ਅਤੇ ਤੁਹਾਨੂੰ ਮੈਂਗੋ ਮੈਨ ਵਜੋਂ ਜਾਣਿਆ ਜਾਣ ਲੱਗਿਆ? ਮਾਨ ਸਾਹਿਬ, ਇਸ ਤਰ੍ਹਾਂ ਹੈ ਕਿ 2015 ਦੇ ਵਿੱਚ ਜੀ ਸਪਟੈਂਬਰ 2015 ਦੇ ਵਿੱਚ ਪਟਿਆਲਾ ਹਾਰਟੀਕਲਚਰ ਡਿਪਾਰਟਮੈਂਟ ਤੋਂ ਅਸੀਂ ਕੋਈ 700 ਬੂਟਾ ਅੰਬਾਂ ਦਾ ਲੈ ਕੇ ਆਏ ਜੀ। ਅਤੇ ਉਦੋਂ ਬਾਅਦ ਹਰ ਸਾਲ ਮਤਲਬ ਇਹ ਕਹਿ ਲਓ ਕਿ 1000 ਬੂਟਾ ਅਸੀਂ ਉਹ ਅੰਬ ਇੱਥੋਂ ਪਟਿਆਲਾ ਅਤੇ ਗੁਰਦਾਸਪੁਰ ਉੱਥੋਂ ਲੈ ਕੇ ਆਉਂਦੇ ਰਹੇ। ਫਿਰ ਜਦੋਂ ਕਰੋਨਾ ਦਾ ਸਮਾਂ ਆਇਆ ਉਸ ਦੌਰਾਨ ਅਸੀਂ ਨਹੀਂ ਜਾ ਸਕੇ ਅਤੇ ਫਿਰ ਹਾਰਟੀਕਲਚਰ ਆਫਿਸਰ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਆਪਾਂ ਮੈਂਗੋ ਦੀਆਂ ਸੀਡਸ ਹੈ ਜਿਹੜੀਆਂ ਕੁਟਲੀਆਂ ਕਹਿੰਦੇ ਹਾਂ ਆਪਾਂ ਜੀ, ਇਹਨਾਂ ਨੂੰ ਤੁਸੀਂ ਸੁੱਟਿਆ ਨਾ ਕਰੋ। ਜਿਹੜੇ ਆਪਾਂ ਬੂਟੇ ਉਵੇਂ ਲਾਉਂਦੇ ਹੈ ਇਹਦੀਆਂ ਕਈ ਵਾਰੀ ਜੜ੍ਹਾਂ ਪੱਟੀਆਂ ਜਾਂਦੀਆਂ, 50-60% ਇਹ ਰੇਟ ਹੈ ਇਹਨਾਂ ਦਾ ਚੱਲਣ ਦਾ। ਪਰ ਜਿਹੜਾ ਇਹ ਡਾਇਰੈਕਟ ਸੋ ਕਰਦੇ ਹੋ ਜਿਹੜੀਆਂ ਇਹ ਤੁਸੀਂ ਸੀਡਸ ਜਾਂ ਗੁਟਲੀਆਂ ਕਹਿ ਦਿਓ ਤਾਂ ਇਹ 100% ਗਰੋਥ ਹੈ ਅਤੇ ਤਜਰਬਾ ਕੀਤਾ ਉਸ ਦੌਰਾਨ ਤਾਂ ਇਹ ਸਕਸੈਸਫੁਲ ਰਿਹਾ। ਅਤੇ ਹੁਣ ਅਸੀਂ ਬਜਾਏ ਕਿ ਅਸੀਂ ਹਾਰਟੀਕਲਚਰ ਡਿਪਾਰਟਮੈਂਟ ਜਾਂ ਕਿਸੇ ਪ੍ਰਾਈਵੇਟ ਨਰਸਰੀਜ ਤੋਂ ਬੂਟੇ ਲੈਣ ਦੀ ਬਜਾਏ ਅਸੀਂ ਡਾਇਰੈਕਟ ਜਿਹੜੀਆਂ ਗੁਟਲੀਆਂ ਸੋਣ ਦਾ ਕੰਮ ਕਰਦੇ ਹਾਂ, ਉਗਾਉਣ ਦਾ ਕੰਮ ਕਰਦੇ ਹਾਂ। ਅਤੇ ਬਾਕੀ ਜੇ ਕੋਈ ਅਮਰਪਾਲੀ ਦੀ ਵਰਾਇਟੀ ਦੀ ਕੋਈ ਖਾਸ ਕੋਈ ਓਕੇਜਨ ਹੁੰਦਾ ਤਾਂ ਆਪਣੇ ਵੱਲੋਂ ਅਸੀਂ ਅਮਰਪਾਲੀ ਬੂਟੇ ਵੀ ਪ੍ਰਾਈਵੇਟ ਨਰਸਰੀਜ਼ ਤੋਂ ਜਾਂ ਗਵਰਨਮੈਂਟ ਨਰਸਰੀਜ਼ ਤੋਂ ਲੈ ਕੇ ਲਾ ਦਿੰਦੇ ਹਾਂ ਜੀ। ਕੀ ਨਾਮ 'ਤੇ ਜਿਹੜਾ ਤੁਸੀਂ ਕਲੱਬ ਵਿਕਸਿਤ ਕੀਤਾ ਹੈਗਾ ਕੀ ਨਾਮ 'ਤੇ ਹੈ ਅਤੇ ਲੋਕ ਜੇ ਅਗਰ ਜੁੜਨਾ ਚਾਹੁੰਦੇ ਹੋਣ ਤੁਹਾਡੇ ਨਾਲ ਕਿਸ ਤਰ੍ਹਾਂ ਜੁੜ ਸਕਦੇ ਨੇ? ਇਮਾਨ ਸਾਹਿਬ, ਗੱਲ ਇਹ ਕਿ ਇਹ ਫੇਸਬੁੱਕ 'ਤੇ ਹੈ ਪਲਾਂਟ ਮੈਂਗੋ ਟਰੀਜ਼ ਫੋਰ ਐਵਰਗ੍ਰੀਨ ਮਾਲਵਾ ਜੀ। ਇਹਦੇ ਵਿੱਚ ਕੋਈ ਮਤਲਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੈਂਬਰਸ ਜਾਂ ਲੋਕ ਜੁੜੇ ਹੋਏ ਹੈ, ਆਪਣੇ ਆਪ ਉਹ ਫੋਲੋ ਕਰ ਰਹੇ ਆ, ਦੇਖ ਕੇ ਬਿਲਕੁਲ ਇੰਸਪਾਇਰ ਹੋ ਰਿਹਾ। ਹੁਣ ਤਾਂ ਇਹ ਹੈ ਕਿ ਲੋਕ ਬੂਟੇ ਤੁਸੀਂ ਗੱਲ ਕਰਦੇ ਹੋ ਕਿੰਨੇ ਕੁ ਬੂਟੇ ਲਾਤੇ, ਹੁਣ ਤਾਂ ਲੋਕ ਇਹ ਕਹਿ ਕੇ ਵੀ 100 ਬੂਟਾ ਵੈ ਤਿਆਰ ਕਰਤਾ, 200 ਤਿਆਰ ਕਰਤਾ, ਹੁਣ ਪਤਾ ਹੀ ਨਹੀਂ ਕਿੰਨੀ ਗਿਣਤੀ ਦੇ ਵਿੱਚ ਤਿਆਰ ਕਰਕੇ ਲੋਕ ਫੋਨ ਕਰਦੇ ਆ ਜਾਂ ਆਪਣੇ ਆਪ ਪਾਰਕਾਂ ਜਾਂ ਨੇੜੇ ਤੇੜੇ ਧਾਰਮਿਕ ਜਾਂ ਹੋਰ ਅਦਾਰਿਆਂ ਦੇ ਮਤਲਬ ਲੋਕ ਗੁਠਲੀਆਂ ਤੋਂ ਘਰੇ ਬੂਟੇ ਤਿਆਰ ਕਰਕੇ ਤੁਹਾਨੂੰ ਫੋਨ ਕਰਕੇ ਸਪਲਾਈ ਕਰ ਦਿੰਦੇ ਆ? ਨਹੀਂ, ਸਪਲਾਈ ਜਾਂ ਇਹ ਮਤਲਬ ਉਹਨਾਂ ਦੀ ਇਨਵੋਲਵਮੈਂਟ ਹੋ ਜਾਂਦੀ ਹੈ ਜੀ, ਉਹਨਾਂ ਨੂੰ ਨਾਲ ਲੈ ਕੇ ਉਸੇ ਏਰੀਏ ਦੇ ਵਿੱਚ ਉਹ ਬੂਟੇ ਲਾਏ ਜਾਂਦੇ ਜੀ। ਫਿਰ ਇਹ ਇਕੱਲਾ ਤੁਸੀਂ ਹੁਣ ਤੱਕ ਬਠਿੰਡਾ ਜ਼ਿਲ੍ਹੇ 'ਚ ਜੇ ਮੈਂ ਗੱਲ ਕਰਾਂ ਅੰਦਾਜ਼ਨ ਕਿੰਨੇ ਕੁ ਜਿਹੜੇ ਅੰਬ ਲਾ ਚੁੱਕੇ ਹੋ? ਇਹ ਮਾਨ ਸਾਹਿਬ ਗਿਣਤੀ ਤਾਂ ਆਪਾਂ ਨਹੀਂ ਕਰ ਸਕਦੇ, ਪਰ ਮੇਰੇ ਹਿਸਾਬ ਨਾਲ ਕਿ 8-10 ਹਜ਼ਾਰ ਬੂਟਾ ਜਿਹੜਾ ਹੈ ਹੁਣ ਤੱਕ ਲੱਗ ਚੁੱਕਿਆ ਹੋਣਾ ਜੀ। ਅਤੇ ਜਿਹੜੇ ਲੋਕ ਆਪਣੇ ਤੌਰ 'ਤੇ ਉਸ ਗਰੁੱਪ ਨੂੰ ਫੋਲੋ ਕਰਕੇ ਲਾ ਰਹੇ ਹੈ ਉਹਨਾਂ ਦੀ ਗਿਣਤੀ ਵੱਖਰੀ। ਮੈਂ ਆਪਾਂ ਜਿੱਥੇ ਇੱਥੇ ਖੜੇ ਗੱਲ ਕਰ ਰਹੇ ਹਾਂ, ਦਾਦੀ ਪੋਤੀ ਪਾਰਕ ਹੈਗਾ ਬਠਿੰਡਾ ਦਾ, ਕਾਫੀ ਫੇਮਸ ਹੈ, ਇੱਥੇ ਵੀ ਅੰਬਾਂ ਦੇ ਜਿਹੜੇ ਪੌਦੇ ਲੱਗੇ ਹੈਗੇ ਆ ਅਤੇ ਇਹ ਵੀ ਤੁਹਾਡੇ ਵੱਲੋਂ ਹੀ ਲਾਏ ਹੋਏ ਨੇ? ਇਹ ਦੇਖੋ ਜੀ, ਜਿਹੜਾ ਇਧਰ ਵਾਲਾ ਬੂਟਾ ਹੈ ਇਹ ਵਾਲਾ, ਇਹ ਪਟਿਆਲਾ ਤੋਂ ਲੈ ਕੇ ਆਏ ਸੀ ਜੀ ਹਾਰਟੀਕਲਚਰ ਡਿਪਾਰਟਮੈਂਟ ਤੋਂ, ਤੇ ਉਸੇ ਦੌਰਾਨ ਉਸੇ ਸਾਲ ਇਹ ਬੂਟਾ ਲਾਇਆ। ਬੂਟਾ ਕੀ ਲਾਇਆ? ਇਹ ਗੁਠਲੀ ਦੱਬੀ ਸੀ ਇੱਥੇ, ਇਹ ਬੂਟਾ ਗੁਠਲੀ ਦਾ ਗੁਠਲੀ ਦੱਬੀ ਸੀ ਤੇ ਉਹ ਪੌਦਾ ਲਾਇਆ ਸੀ। ਇਹਦੀ ਲਹਿਰ ਵੱਖਰੀ ਹੈ, ਮਤਲਬ ਜਿਹੜੀ ਆਪਣੀ ਧਰਤੀ ਦੇ ਵਿੱਚ ਲਾਉਣੇ ਆ ਉਹਦਾ ਮਤਲਬ ਰੰਗਤ ਬੂਟੇ ਦੀ ਫਰਕ। ਕੋਈ ਬਾਗਬਾਨੀ ਵਗੈਰਾ ਵਾਲਿਆਂ ਤੋਂ ਵੀ ਇਸ ਬਾਰੇ ਸਲਾਹ ਲਈ ਵੀ ਗੁਠਲੀ ਵਾਲੇ ਜਿਹੜੇ ਪੌਦੇ ਉਹ ਜ਼ਿਆਦਾ ਵਿਕਸਿਤ ਹੁੰਦੇ? ਬਾਗਬਾਨੀ ਬਾਰੇ ਤਾਂ ਤੁਸੀਂ ਮਾਨ ਸਾਹਿਬ, ਪਹਿਲੀ ਵਾਰੀ ਜਦੋਂ 2015 ਵਿੱਚ ਮੈਂ ਬੂਟੇ ਲੈ ਕੇ ਆਇਆ ਜੀ, ਮੈਂ ਲੈਟਰ ਪੈਡ ਤੇ ਸੈਕਟਰੀ ਜਿਹੜੇ ਆ ਬਾਗਬਾਨੀ ਦੇ ਚੰਡੀਗੜ੍ਹ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ ਮੈਂ ਡਿਮਾਂਡ ਦਿੱਤੀ ਔਰ ਜੀ ਉਹਨਾਂ ਨੇ ਹਾਰਟੀਕਲਚਰ ਬਠਿੰਡਾ ਹਾਰਟੀਕਲਚਰ ਗੁਰਦਾਸਪੁਰ ਨੂੰ ਫਾਰਵਰਡ ਕਰਤੀ।
इतने बागवानी के डिप्टी डायरेक्टर ढिल्लों साहब उन्होंने मैं फोन आ गया जानते मैनू कहते डॉक्टर साहब कहते किधरों तुम शौक पालिया अपने तो होंगे ही नहीं पिंड चाह बागवानी अफसर आप कहते बूटे इतने होंगे नहीं बूटे कामयाब नहीं हो सकते पर हैरानी की गल है कि उन्होंने बिना दस उन्होंने भी बूटा एक ला लिया ढिल्लों साहब इतने ही रहते हैं उन्हों का बूटा इतकी अंबा न पूरा भरया हुआ है बाद मैं पता किया तो कहते भी हर साल यह बूटा मैं कहते उदो सोचा सी थोड़ा नैगेटिव व्यू दिता अंबा बारे पर यह हो जाते हैं आप अगर गल करिए कित खुशी का समागम हों कि गमी का कोई प्रोग्राम हों उ भी तुम ये बूटे सप्लाई करते हो मतलब एक लंगर की तरह मतलब पौधे फंडते है ये है जी जो किसी का जन्मदिन आता तो उस दिहाड़े भी अपने जोड़े भी कोई जानकार होंगे उन्होंने प्लांट्स लाए जाते हैं किसी के भोग के मौके पर किसी की डैथ हो जाती है उस दे मौके गुरद्वारा साहब या मंदिर जिथे भी भोग होंगे तो उत्थे असी बूटा लाने जो उन्होंने याद से जे कोई बंदा कहे कि असी अपने खेत के लाना तो उत्थे खेत के जाके बूटा लाईदा इन्नी दिन अंबा की जी भरपूर जी अपने कास्त हुई हुई है तो फसल जी आप कह सकते अंब मार्केट के आए हुए हैं लोग अंब खा के गुठलियां सिट देंगे तो लोगों को इस तरह का मैसेज भी अपने घर अंब तैयार कर सकन कहते हैं भी आम के आम गुठलियों के दाम सुखजीत जी के लगातार ही चलता रहता हर साल याद दवाने वाली गल रही है वीडियो राही शेयर करते हैं कि यह जड़िया वेस्ट के जाए गुठलियां जिन्हों का कुछ नहीं बनना कितने उन्हें हरियाली के नाल नाल फल देना लखा की तादाद फिर उस तो फल पैदा दरख्त पैदा होने बूटे पैदा होने बिल्कुल जे इतने लोगों की सारे की इनवॉल्वमेंट हो जाती है जिम्मे कि मैं देख रहा कि जाग लाने का काम किया पता हूँ जाग तो लग चुके हूँ तो की है लोगों के होंगी है कि मतलब भी मैं किन्ने बूटे तैयार करा ये बूटा मतलब ये लोगों की इनवॉल्वमेंट ना कला बंदा कोई कुछ नहीं कर सकता। अच्छा तुसी एक विलखण यह कार्य कर रहे है कदे बागबानी विभाग ने तुहानू स्पैशल बुला के इहदे बारे कोई सम्मान तो नहीं करिया भी जिहड़ी मुहिम बागबानी विभाग नूं चलाउणी चाहीदी सी ते उह तुसी चला रहे हो कदे कोई इस बारे कदे मान साहब सन्मानित होने बारे सोचा ही नहीं ये जिहड़ी है ना ये मुहिम जिहड़ी है जां ये कह दिओ ਇਹਦਾ ਉਹ ਕਹਿ ਲਿਓ ਇੰਟਰਸਟ ਜਿਹੜਾ ਹੈ ਇੰਨੀ ਸ਼ਕਤੀ ਦਿੰਦਾ ਹੈ ਕਿ ਉਹ ਸਨਮਾਨਾਂ ਨਾਲੋਂ ਉੱਤੇ ਚੀਜ਼ ਹੈ ਜੀ ਹੁਣ ਜਿਹੜੇ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਲੋਕ ਮੈਂ ਦੇਖਿਆ ਚੰਗੇ ਚੰਗੇ ਘਰਾਂ ਦੇ ਜਿਹਨਾਂ ਕੋਲ 40-40, 50-50 ਕਿੱਲੇ ਜ਼ਮੀਨ ਹੈ ਜਾ ਕੇ ਦਿਹਾੜੀਆਂ ਕਰਨ ਦੀ ਗੱਲ ਕਰਦੇ ਆ ਇੱਥੇ ਕਿਉਂ ਨਹੀਂ ਤੁਸੀਂ ਆਪਣੇ ਖੇਤਾਂ ਨੂੰ ਸੰਭਾਲਦੇ ਉੱਥੇ ਜਿਹੜੇ ਦਰਖਤ ਹੈ ਇਹ ਤਾਂ ਮਤਲਬ ਇੱਕ ਸੈਪਰੇਟ ਜਾਂ ਕਹਿ ਦਿਓ ਵੱਖਰੀ ਇਨਕਮ ਦੇ ਜਨਰੇਟ ਕਰਦੇ ਆ ਤੁਹਾਡੀ ਫਸਲ ਨਾਲੋਂ ਜੀ ये हैं बठिंडा वासी भुपिंदर सिंह प्रोफेसर रहे ने विद्यार्थियों पढ़ाया वातावरण के नाल जोड़िया तो हुण अंब लगाउण दी जिहड़ी मुहिम इन्हां ने जंगी पद्धर ते विधी हुई है तुसीं गलबात सुनी तुसीं भी इन्हां दी गलबात तो प्रेरित होवो कि अपने आले दुआले जिथे भी तुहाडे कोल खाली थां है कोई पौधा लग सकदा है उत्थे अंब भी लाओ तो होर पौधे भी लाओ क्योंकि अगर तुसीं उह पौधे लाओगे तो उन्हां दा फायदा गर्मियों के होर मौसम के जो तुम उन्हों का आनंद माणना चाहते हो तो किसी न किसी रूप से तुम्हें जरूर मिलेगा। इस वीडियो ज़्यादा तो ज़्यादा शेयर करना ता कि लोग इस वीडियो तो प्रेरित होकर वातावरण के प्रति जागरूक हो। बठिंडा तो सचकों लई सुखजीत मान। देश दुनिया की तमाम खबरों नाल जुड़े रहने लई सबसक्राइब करो यूट्यूब ते सचकों पंजाबी चैनल। इस दे नाल ही बैल आइकन दब के पाओ लेटेस्ट अपडेट सब तो पहला।